ਤਰਨਤਾਰਨ ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਪੰਡੋਰੀ ਗੋਲਾ ਦੇ ਹੋਰ ਵਿਅਕਤੀਆਂ ਦੀ ਮੌਤ ਹੋਣ ਤੋਂ ਬਾਅਦ ਰੋਸ ਵਿੱਚ ਆਈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾਕਟਰ ਕਸ਼ਮੀਰ ਸਿੰਘ ਸੋਹਲ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਦੀ ਅਗਵਾਈ ਹੇਠ SSP ਦੇ ਦਫਤਰ ਦਾ ਘਰਾਵ ਕਰਦੇ ਹੋਏ ਸਰਕਾਰ ਦਾ ਪਿੱਟ ਸਿਆਪਾ ਤੇ ਨਾਰੇਬਾਜ਼ੀ ਕੀਤੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਆਰੋਪ ਲਗਾਇਆ ਕਿ ਪੰਜਾਬ ਸਰਕਾਰ ਦੀ ਸ਼ਹਿ ਹੇਠ ਜ਼ਹਿਰੀਲੀ ਸ਼ਰਾਬ ਦਾ ਕਾਰੋਬਾਰ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਸੰਬੰਧੀ ਕਵਰੇਜ ਕਰਨ ਵਾਲੇ ਪੱਤਰਕਾਰਾਂ ਨਾਲ ਵੀ ਸ਼ਰਾਬ ਦੇ ਮਾਫੀਆ ਵੱਲੋਂ ਕੁੱਟਮਾਰ ਕੀਤੀ ਗਈ ਹੈ, ਪਰ ਇਸ ਨਿੰਦਣਯੋਗ ਕਾਰਜ ਦੇ ਖਿਲਾਫ ਵੀ ਸਰਕਾਰ ਨੇ ਆਰੋਪੀਆਂ ਤੇ ਕੋਈ ਕੇਸ ਦਰਜ ਨਹੀਂ ਕੀਤਾ। ਡਾਕਟਰ ਸੋਹਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਬੰਦ ਨਾ ਕਰਵਾਇਆ ਤੇ ਆਰੋਪੀਆਂ ਦੇ ਖਿਲਾਫ ਕਾਰਵਾਈ ਨਾ ਹੋਈ ਤਾਂ ਆਮ ਆਦਮੀ ਪਾਰਟੀ ਪੰਜਾਬ ਭਰ ਵਿੱਚ ਧਰਨੇ ਪ੍ਰਦਰਸ਼ਨ ਕਰੇਗੀ। ਜ਼ਹਿਰੀਲੀ ਸ਼ਰਾਬ ਦੇ ਉੱਤੇ ਹਾਲੇ ਤਾਈਂ ਪਾਬੰਦੀ ਨਹੀਂ ਲੱਗੀ, ਇਸ ਨੂੰ ਲੈ ਕੇ ਅਸੀਂ ਅੱਜ SSP ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਕੁਲਤਾਰ ਸਿੰਘ ਸੰਧਵਾ MLA ਕੋਟਕਪੂਰਾ ਤੋਂ ਉਹਨਾਂ ਦੀ ਅਗਵਾਈ ਦੇ ਵਿੱਚ, ਅਤੇ ਸਾਡੇ ਕੋਲੋਂ SSP ਸਾਹਿਬ ਨੇ ਮੰਗ ਪੱਤਰ ਨਹੀਂ ਲਿਆ। ਉਹਨਾਂ ਨੇ ਪਹਿਲਾਂ ਤਾਂ ਮੰਗ ਪੱਤਰ ਲੈਣ ਤੋਂ ਇਨਕਾਰ ਕਰਤਾ ਅਤੇ ਬਾਅਦ ਦੇ ਵਿੱਚ ਆਉਂਦੇ ਜੀ ਤੁਸੀਂ ਕੁਛ ਜਣੇ ਅੰਦਰ ਆ ਜਾਓ ਅਤੇ ਇੱਥੇ ਆਣ ਕੇ ਮੰਗ ਪੱਤਰ ਅੰਦਰ ਲੈ ਲੈਂਦੇ ਹਾਂ, ਫਿਰ ਉੱਥੇ ਵੀ ਉਹ ਨਹੀਂ ਪਹੁੰਚੇ ਅਤੇ ਇਸ ਕਰਕੇ ਸਾਡਾ ਹਾਲੀ ਵੀ ਧਰਨਾ ਜਾਰੀ ਆ ਅਤੇ ਅਸੀਂ ਜਿਹੜਾ ਵਾ ਉਹ ਅੰਦਰ ਜਿਹੜਾ ਸਾਨੂੰ ਗੇਟ ਦੇ ਨੰਘਾ ਕੇ ਗੇਟ ਦੇ ਲੋਕ ਫਿਰ ਬੰਦ ਕਰ ਦਿੱਤੇ ਗਏ ਨੇ। ਅਸੀਂ ਹੁਣ ਕੁਛ ਨੁਮਾਇੰਦੇ ਅੰਦਰ ਜਿਹੜਾ ਵਾ ਉਹ ਧਰਨਾ ਲਗਾ ਕੇ ਬੈਠੇ ਹਾਂ, ਬਾਕੀ ਸਾਡੇ ਸਾਰੇ ਸਾਥੀ ਜਿਹੜੇ ਆ ਉਹ ਬਾਹਰ ਲਗਾ ਕੇ ਧਰਨਾ ਬੈਠੇ ਆ। ਅਸੀਂ ਆਪਣਾ ਜਿਹੜਾ ਧਰਨਾ ਵਾ ਇਹ ਕੰਟੀਨਿਊ ਰੱਖਾਂਗੇ ਉਨਾ ਚਿਰ ਜਿੰਨਾ ਚਿਰ ਤੱਕ SSP ਸਾਹਿਬ ਮੰਗ ਪੱਤਰ ਲੈ ਕੇ ਅਤੇ ਜਿਹੜਾ ਕਾਰਵਾਈ ਨਹੀਂ ਕਰਦੇ ਅਤੇ ਲੋਕਾਂ ਨੂੰ ਇਨਸਾਫ ਨਹੀਂ ਦਿੰਦੇ ਉਨਾ ਚਿਰ ਸਾਡਾ ਧਰਨਾ ਜਿਹੜਾ ਇਹ ਜਾਰੀ ਰਹੂਗਾ। ਨਹੀਂ ਤੁਹਾਨੂੰ ਅੰਦਰ ਬੰਦਕ ਬਣਾ ਲਿਆ ਹੋਇਆ ਇਹਨਾਂ ਨੇ ਕੰਪਲੈਕਸ ਦੇ ਅੰਦਰ? ਇਹਨਾਂ ਨੇ ਸਾਨੂੰ ਪਹਿਲਾਂ ਕਿਹਾ ਜੀ ਮੰਗ ਪੱਤਰ ਤੁਸੀਂ ਅੰਦਰ ਆਣ ਕੇ ਦੇ ਦਿਓ ਅਤੇ ਜਦੋਂ ਅਸੀਂ ਅੰਦਰ ਆਏ ਹਾਂ 8-10 ਜਣੇ ਉਹ ਤੋਂ ਬਾਅਦ ਇਹਨਾਂ ਗੇਟ ਬੰਦ ਕਰ ਲਿਆ ਅਤੇ ਨਾ ਸਾਡੇ ਕੋਲ ਇਹਨਾਂ ਮੰਗ ਪੱਤਰ ਲਿਆ ਵਾ ਅਤੇ ਅਸੀਂ ਜਿਹੜਾ ਉਹ ਇੱਥੇ ਆਣ ਕੇ ਬਹਿ ਗਏ ਹਾਂ ਅਤੇ ਗੇਟ ਜਿਹੜੇ ਉਹ ਬੰਦ ਨੇ ਲੋਕ ਲੱਗੇ। ਰਾਤ ਵੀ ਤੁਹਾਡਾ ਧਰਨਾ ਜਾਰੀ ਰਹੂਗਾ ਜੀ? ਹਾਂਜੀ, ਧਰਨਾ ਰਾਤ ਵੀ ਜਾਰੀ ਰਹੂਗਾ, ਇੰਨਾ ਚਿਰ ਤੱਕ ਅਸੀਂ ਧਰਨਾ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ SSP ਸਾਹਿਬ ਮੰਗ ਪੱਤਰ ਲੈ ਕੇ ਅਤੇ ਉਹਦੇ 'ਤੇ ਕਾਰਵਾਈ ਕਰਕੇ ਲੋਕਾਂ ਨੂੰ ਇਨਸਾਫ ਨਹੀਂ ਦਿੰਦੇ। ਇਹ ਧਰਨਾ ਜਿਹੜਾ ਵਾ ਸਿਰਫ ਇੰਨਾ ਹੀ ਨਹੀਂ, ਅਸੀਂ ਇਸ ਨੂੰ ਪੰਜਾਬ ਪੱਧਰ ਦੇ ਉੱਤੇ ਲੈ ਕੇ ਜਾਵਾਂਗੇ ਤਾਂ ਕਿ ਜਿਹੜਾ ਵਾ ਲੋਕਾਂ ਨੂੰ ਇਨਸਾਫ ਮਿਲ ਸਕੇ। ਅੱਜ ਅਸੀਂ ਆਮ ਆਦਮੀ ਪਾਰਟੀ ਨਹੀਂ ਚਾਹੁੰਦੀ ਕਿ ਜ਼ਹਿਰੀਲੀ ਸ਼ਰਾਬ ਦੇ ਨਾਲ ਲੋਕਾਂ ਨਾਲ ਲੋਕ ਮਰਨ। ਅਸੀਂ ਭਾਵੇਂ ਇਹ ਕਰੋਨਾ ਚੱਲ ਰਿਹਾ ਵਾ ਦੌਰ, ਪਰ ਸਾਡੇ ਯੋਧੇ ਜਿਹੜੇ ਵਲੰਟੀਅਰ ਨੇ ਉਹ ਅੱਜ ਲੋਕਾਂ ਦੇ ਨਾਲ ਖੜੇ ਆ, ਉਹ ਆਉਂਦੇ ਅਸੀਂ ਭਾਵੇਂ ਮਰ ਜਾਈਏ ਪਰ ਅਸੀਂ ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਪੀ ਕੇ ਨਹੀਂ ਮਰਨ ਦਿਆਂਗੇ। ਇਸ ਕਰਕੇ ਉਹ ਬਿਨਾਂ ਕਿਸੇ ਕਰੋਨਾ ਦੀ ਪਰਵਾਹ ਕਰਦੇ ਹੋਇਆਂ ਵੀ ਅੱਜ ਇਸ ਧਰਨੇ ਦੇ ਉੱਤੇ ਬੈਠੇ ਆ। ਤੁਹਾਨੂੰ ਕੀ ਲੱਗਦਾ, ਪੁਲਿਸ ਤੁਹਾਡੇ ਨਾਲ ਬਦਸਲੂਕੀ ਵੀ ਕਰ ਸਕਦੀ ਆ, ਗੁੰਡਾਗਰਦੀ ਵੀ ਕਰ ਸਕਦੀ ਹੈ, ਮਾਰਕਟਾਈ ਵੀ ਕਰ ਸਕਦੀ ਹੈ, ਕਿਉਂਕਿ ਧਰਨਾ ਦੀ ਕੰਟੀਨਿਊ ਜਾਰੀ ਰੱਖਣ ਦਾ ਐਲਾਨ ਕੀਤਾ? ਦੇਖੋ ਜੀ, ਅਸੀਂ ਇਹਦੇ ਵਾਸਤੇ ਬਿਲਕੁਲ ਤਿਆਰ ਹਾਂ, ਅਸੀਂ ਜਿਹੜਾ ਹੱਕ ਸੱਚ ਲਈ ਲੜਦੇ ਰਹਾਂਗੇ, ਲੋਕਾਂ ਨੂੰ ਇਨਸਾਫ ਦਿਵਾਉਣ ਲਈ ਲੜਦੇ ਰਹਾਂਗੇ, ਸਾਨੂੰ ਭਾਵੇਂ ਕਿੰਨੀ ਵੀ ਮੁਸ਼ਕਲ ਜਿਹੜਾ ਉਹਦੀ ਸਾਹਮਣਾ ਕਰਨਾ ਪਵੇ। ਅੱਜ ਤੁਹਾਡੇ ਨਾਲ ਕੌਣ ਕੌਣ ਧਰਨੇ ਵਿੱਚ ਮੌਜੂਦ ਆ, ਕੋਈ ਵਿਧਾਇਕ ਵੀ ਆਏ ਹੋਏ ਨੇ ਬਾਹਰੋਂ? ਹਾਂਜੀ, ਸਾਡੇ ਨਾਲ ਜਿਹੜਾ ਅੱਜ ਜਿਹੜਾ MLA ਕੁਲਤਾਰ ਸਿੰਘ ਸੰਧਵਾ ਕੋਟਕਪੂਰਾ ਤੋਂ MLA ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਜਿਹੜਾ ਵਾ ਇਹ ਧਰਨਾ ਲਗਾਇਆ ਜਾ ਰਿਹਾ, ਜਿਹਦੇ ਵਿੱਚ ਹਲਕਾ ਇੰਚਾਰਜ ਜਸਵੀਰ ਸਿੰਘ ਸੁਰ ਸਿੰਘ ਖੇਮਕਰਨ ਤੋਂ ਨੇ, ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾ ਜਿਹੜੇ ਸਾਬਕਾ ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾ ਪੱਟੀ ਤੋਂ ਨੇ, ਸਾਬਕਾ ਹਲਕਾ ਇੰਚਾਰਜ ਮਨਜਿੰਦਰ ਸਿੰਘ ਸਿੱਧੂ ਖਡੂਰ ਸਾਹਿਬ ਤੋਂ ਨੇ, ਹੋਰ ਜਿਹੜੇ ਸਾਡੇ ਬਹੁਤ ਸਾਰੇ ਜਿਹੜੇ ਸੀਨੀਅਰ ਆਗੂ ਨੇ ਉਹ ਇੱਥੇ ਅੱਜ ਮੌਜੂਦ ਨੇ ਧਰਨੇ। ਬਿਊਰੋ ਰਿਪੋਰਟ SM1 ਨਿਊਜ਼।